ਅੰਮ੍ਰਿਤਸਰ ਦੀ ਗੱਲ ਕਰਾਂਗੇ। ਪਿੰਡ ਸੁਲਤਾਨ ਵਿੰਡ 'ਚ ਨਸ਼ਾ ਤਸਕਰ ਕਾਬੂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਫਿਲਹਾਲ ਇਹ ਕਾਬੂ ਕੀਤਾ ਗਿਆ ਅਤੇ ਇਹਦੇ ਹੋਰ ਵੀ ਜਿਹੜੇ ਨਾਲ ਮੌਜੂਦ ਨੇ ਵਿਅਕਤੀ ਜਿਹੜੇ ਇਸ ਧੰਦੇ 'ਚ ਸ਼ਾਮਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਨਸ਼ਾ ਤਸਕਰ ਦਾ ਫੇਰ ਪਿੰਡ ਵੱਲੋਂ ਵੀ ਜੰਮ ਕੇ ਕੁਟਾਪਾ ਚਾੜੇਗਾ। ਸੋਸ਼ਲ ਮੀਡੀਆ 'ਤੇ ਵੀ ਵਾਇਰਲ ਤਸਵੀਰਾਂ ਤੁਹਾਨੂੰ ਵਿਖਾਵਾਂਗੇ। 3 ਸਾਲ ਤੋਂ ਨਸ਼ਾ ਕਿਵੇਂ ਇਹ ਵੇਚ ਰਿਹਾ ਸੀ, ਵੇਖੋ ਰਿਪੋਰਟ। ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਖਿਲਾਫ਼ ਸਖ਼ਤੀ ਦੇ ਦਾਅਵੇ ਕਿਤੇ ਨਜ਼ਰ ਨਹੀਂ ਆਉਂਦੇ। ਪੁਲਿਸ ਦੀ ਢਿੱਲ ਕਾਰਨ ਲੋਕਾਂ ਨੂੰ ਤਸਕਰਾਂ ਖਿਲਾਫ਼ ਆਪ ਹੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੋਂ ਦੇ ਪਿੰਡ ਸੁਲਤਾਨਪੁਰ ਵਿੰਡ 'ਚ ਜਥਾ ਸਿਰਲੱਥ ਖਾਲਸਾ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਪਹਿਲਾਂ ਤਾਂ ਉਸਦਾ ਜੰਮ ਕੇ ਕੁਟਾਪਾ ਚਾੜਿਆ ਅਤੇ ਫਿਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਨੌਜਵਾਨ ਦੀ ਕੁੱਟਮਾਰ ਦੀ ਇੱਕ ਵੀਡੀਓ ਵੀ ਬਣਾਈ ਗਈ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਵੀ ਸਾਂਝਾ ਕੀਤਾ ਗਿਆ। ਜਥੇ ਦੇ ਆਗੂਆਂ ਨੇ ਦੱਸਿਆ ਕਿ 3 ਨੌਜਵਾਨ ਨਸ਼ਾ ਖਰੀਦਣ ਅਤੇ ਵੇਚਣ ਦੀ ਗੱਲ ਕਰ ਰਹੇ ਸਨ। ਜਦੋਂ ਜਥੇ ਨੂੰ ਇਸ ਦਾ ਪਤਾ ਲੱਗਾ ਤਾਂ ਇੱਕ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ। ਉਹਨਾਂ ਦੱਸਿਆ ਕਿ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਕੋਈ ਨਸ਼ਾ ਕਰਦਾ ਫੜਿਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਕੋਈ ਨਸ਼ੇ ਦੇ ਵੇਚਣ ਦੀ ਗੱਲ, ਕੋਈ ਵਪਾਰ ਦੀ ਗੱਲ ਕਰ ਰਿਹਾ ਕਿ ਇੰਨੀ ਅੱਧੀ ਦੀ ਜਾਂ ਆਹ ਗੱਲ ਆ, ਅਤੇ ਪਹਿਲਾਂ ਤੋਂ ਨਿਗਾਹ ਸਾਡੀ ਰੱਖੀ ਜਾ ਰਹੀ। ਅਸੀਂ ਬੋਲ ਕੇ ਵੀ ਵੀਡੀਓ ਪਾ ਚੁੱਕੇ ਸਾਂ ਅੱਗੇ ਵੀ ਜੋ ਵੀ ਨਸ਼ੇ ਵਾਲਾ ਜੋ ਕੋਈ ਵੀ ਇਹੋ ਜਿਹੀ ਗੱਲਬਾਤ ਕਿਸੇ ਨੇ ਇੱਥੇ ਨਸ਼ਾ ਵੇਚਣ ਦੀ ਕੀਤੀ ਤਾਂ ਉਹ 'ਤੇ ਕਾਰਵਾਈ ਜਿਹੜੀ ਸਖ਼ਤ ਤੋਂ ਸਖ਼ਤ ਜਥੇ ਵੱਲੋਂ ਅਤੇ ਆ ਸਮਾਜ ਸੇਵਾ ਵਾਲੇ ਜਿਹੜੇ ਇਹਨਾਂ ਵੱਲੋਂ ਕੀਤੀ ਜਾਏਗੀ, 16 ਮੈਂਬਰੀ ਕਮੇਟੀ ਵੱਲੋਂ ਵੀ ਕੀਤੀ ਜਾਏਗੀ। ਮਤਲਬ ਬਖਸ਼ਿਆ ਨਹੀਂ ਜਾਊਗਾ, ਕਿਉਂਕਿ ਅਸੀਂ ਹੱਥੀਂ ਆਪਣੇ ਹੱਥੀਂ ਬੱਚੇ ਨਿੱਕੇ ਨਿੱਕੇ ਬੱਚੇ 11 ਸਾਲ ਦੇ ਜਿਹੜੇ ਅਸੀਂ ਆਪਣੇ ਹੱਥੀਂ ਟੀਕੇ ਲਾਉਂਦੇ ਫੜੇ ਆ, ਜਿਹੜੇ ਨਿੱਕੇ ਨਿੱਕੇ ਬੱਚੇ ਵਿਲਕਦੇ ਪਿਓਾਂ ਦੀਆਂ ਗੱਲ ਵੱਖੜੀਆਂ ਪਾ ਕੇ ਪਿਓਾਂ ਦੇ ਗਲਾਂ ਨੂੰ, ਅਤੇ ਉੱਚੀ ਉੱਚੀ ਰੋਂਦੇ ਸੀ, ਨਾਲ ਬੱਚੀਆਂ ਰੋਂਦੀਆਂ, ਭੈਣਾਂ ਸਾਡੀਆਂ ਰੋਂਦੀਆਂ ਸੀ, ਮਾਵਾਂ ਰੋਂਦੀਆਂ ਸੀ, ਉਹ ਸਾਡੇ ਕੋਲ ਦੇਖੀਆਂ ਨਹੀਂ ਗਈਆਂ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ 3 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ ਅਤੇ ਜਿਸ ਦਾ ਨਾਂ ਬਲਵਿੰਦਰ ਸਿੰਘ ਹੈ। ਇਹ 3-4 ਸਾਲ ਤੋਂ ਪਹਿਲਾਂ ਹੀ ਆਪਣਾ ਨਸ਼ਾ ਵੇਚਣ ਦਾ ਧੱਕਾ ਕਰ ਰਿਹਾ। ਇਹਦੇ ਖਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੋਇਆ, ਮੁਕੱਦਮਾ ਤਾਂ ਦਰਜ ਕਰਕੇ ਅਗਲੀ ਤਬਦੀਲੀ ਜਾਰੀ ਕੀਤੀ। ਸਰ ਹੋਰ ਵੀ ਹੈਗੇ ਮੁੰਡੇ ਇਹਨਾਂ ਦੇ ਵਿੱਚ ਇਨਵੋਲਵ? ਮੁੰਡੇ ਇਹਨੇ ਜਿਹਨਾਂ ਨੂੰ ਦਿੰਦਾ ਉਹਨਾਂ ਨਾਂ ਦੱਸੇ ਨੇ ਕਿ ਇਹਨਾਂ ਨੂੰ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਹੋਏ 3 ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਰਾਜੇਸ਼ ਗਿੱਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ।